ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਜੋ ਕਿ ਅਤੀ ਦੁਖਦਾਈ ਨੇ। ਦੱਸ ਦਈਏ ਕਿ ਨਾ ਇੱਕ ਦੋ ਦਿਨਾਂ ਦੇ ਦਰਮਿਆਨ ਜਿੱਥੇ ਪਹਿਲਾਂ ਤਾਂ ਮੋਗੇ ਨਾਲ ਸੰਬੰਧਿਤ ਇੱਕ ਨੌਜਵਾਨ ਜਿਸ ਵੱਲੋਂ ਆਤਮ ਹੱਤਿਆ ਦਾ ਜਿਹੜਾ ਕਹਿ ਸਕਦੇ ਕਿ ਆਤਮ ਹੱਤਿਆ ਜਿਹੜੀ ਕੈਨੇਡਾ ਦੇ ਵਿੱਚ ਕੀਤੀ ਗਈ ਸੀ, ਉਸ ਤੋਂ ਇਲਾਵਾ ਇੱਕ ਟਰੱਕ ਡਰਾਈਵਰ, ਔਰ ਇਸ ਦੇ ਨਾਲ ਹੀ ਕੱਲ੍ਹ ਨੂੰ ਇੱਕ ਵੱਡੀ ਦੁਖਦਾਈ ਖਬਰ ਜਿਹੜੀ ਆ, ਬਿਆਸ ਦੇ ਜੰਪਲ ਨੌਜਵਾਨ ਦੀ ਆਈ ਸੀਗੀ, ਬਿਕਰਮਦੀਪ ਸਿੰਘ, ਜੋ ਕਿ ਡੈਲਟਾ ਪੁਲਿਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਸਨ, ਔਰ ਇੱਕ ਵੱਡਾ ਭਾਣਾ ਜਿਹੜਾ ਹੈਗਾ ਉੱਥੇ ਵਾਪਰਿਆ, ਵੱਡੀ ਘਟਨਾ ਜਿਹੜੀ ਵਾਪਰੀ ਹੈਗੀ ਆ, ਉਹਨਾਂ ਨੂੰ ਅਣਪਛਾਤੇ ਕਿਸੇ ਕਾਤਲ ਵੱਲੋਂ ਜਿਹੜਾ ਹੈਗਾ ਗੋਲੀਆਂ ਮਾਰੀਆਂ ਗਈਆਂ ਨੇ। ਸੋ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ, ਪਰਿਵਾਰਕ ਮੈਂਬਰ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਬਿਕਰਮਦੀਪ ਦੇ ਜਿਹੜੇ ਪਿਤਾ ਜੀ ਨੇ ਉਹ ਸਾਡੇ ਨਾਲ, ਸਰਦਾਰ ਤਰਲੋਚਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸੋ ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਾਂਗੇ ਕਿ ਹੁਣ ਤੱਕ ਇਸ ਸਾਰੇ ਘਟਨਾਕ੍ਰਮ ਦੀ ਕਿੰਨੀ ਕੁ ਜਾਣਕਾਰੀ ਜਿਹੜੀ ਹੈਗੀ ਆ ਉਹਨਾਂ ਕੋਲ ਪਹੁੰਚੀ ਹੈਗੀ, ਔਰ ਹੁਣ ਤੱਕ ਕੀ ਇਸ ਮਾਮਲੇ 'ਚ ਸਾਹਮਣੇ ਆਇਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਮੈਂ ਤਰਲੋਚਨ ਸਿੰਘ, ਬਿਕਰਮਦੀਪ ਰੰਧਾਵਾ ਦਾ ਫਾਦਰ ਬੋਲਦਾ। ਸਾਨੂੰ ਅੱਜ ਤੱਕ ਕੋਈ ਵੀ ਅਜੇ ਤੱਕ ਅਸਲੀਅਤ ਦਾ ਪਤਾ ਨਹੀਂ ਲੱਗਾ, ਕੀ ਹੋਇਆ ਕੀ ਨਹੀਂ ਹੋਇਆ। ਅਸੀਂ ਬਹੁਤ ਦੂਰ ਬੈਠੇ ਹਾਂ, ਲੇਕਿਨ ਬੱਚਿਆਂ ਤੋਂ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਕੋਈ ਗੈਂਗਸਟਰ ਜਾਂ ਕੌਣ ਸੀਗੇ ਉਹ ਅਨਨੋਨ ਆਦਮੀ ਜੋ ਸਾਡੇ ਬੱਚੇ ਨੂੰ ਸ਼ੂਟ ਕਰਕੇ ਮਾਰ ਖਤਮ ਕਰ ਗਿਆ, ਉਸ ਤੋਂ ਬਾਅਦ ਅੱਜ ਤੱਕ ਨਾ ਤਾਂ ਸਾਨੂੰ ਅਜੇ ਡੈੱਡ ਬੋਡੀ, ਮੇਰੇ ਬੇਟਾ ਬੜਾ ਵੱਡਾ ਬੇਟਾ ਵੀ ਮੇਰਾ ਦੁਪਿੰਦਰ ਸਿੰਘ ਰੰਧਾਵਾ ਉੱਥੇ ਆ, ਉਹ ਇਕੱਲਾ ਉੱਥੇ ਆ, ਅਸੀਂ ਦੋਨੋਂ ਜੀ ਹਸਬੈਂਡ ਵਾਈਫ ਇੱਥੇ ਹਾਂ। ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ, ਇੰਡੀਆ ਸਰਕਾਰ ਨੂੰ ਵੀ ਅਤੇ ਕੈਨੇਡਾ ਸਰਕਾਰ ਨੂੰ ਵੀ ਕਿ ਸਾਨੂੰ ਇਸ ਬੱਚੇ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ, ਚੰਗੀਆਂ ਸੇਵਾਵਾਂ ਦਿੱਤੀਆਂ ਉਹਨੇ ਉਸ ਸਰਕਾਰ ਨੂੰ, ਉਸ ਸਰਕਾਰ ਦੀਆਂ ਸੇਵਾਵਾਂ ਨੂੰ ਦੇਣ ਦੇ ਬਾਵਜੂਦ ਉਸ ਬੱਚੇ ਦੀ ਇਸ ਸ਼ਹਾਦਤ 'ਤੇ ਸਾਨੂੰ ਉਸ ਸਮੇਂ ਮੌਕਾ ਦਿੱਤਾ ਜਾਵੇ ਅਸੀਂ ਆਪਣੇ ਹੱਥਾਂ ਨਾਲ ਉਸ ਬੱਚੇ ਦਾ ਸੰਸਕਾਰ ਕਰ ਸਕੀਏ। ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਕਿਸੇ ਤਰੀਕੇ ਨਾਲ ਅੰਬੈਸੀ ਰਾਹੀਂ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਆਪਣੇ ਖਰਚੇ 'ਤੇ ਅਸੀਂ ਉੱਥੇ ਜਾਣ ਨੂੰ, ਆਪਣੇ ਬੱਚੇ ਕੋਲ ਜਾਣ ਨੂੰ ਤਿਆਰ ਹਾਂ। ਜਿਹੜੇ ਪਰਿਵਾਰਕ ਮੈਂਬਰ ਤੁਹਾਡੇ ਨਾਲ ਉੱਥੇ ਹੈਗੇ ਨੇ, ਮੌਜੂਦ ਨੇ ਉੱਥੇ, ਪਰਿਵਾਰਕ ਮੈਂਬਰ ਰਹਿੰਦੇ ਨੇ ਤੁਹਾਡੇ ਜਿਹੜੇ, ਉਹਨਾਂ ਵੱਲੋਂ ਕੀ ਕਹਿਣਾ ਹੈਗਾ ਹੁਣ ਤੱਕ ਕੀ ਸਾਹਮਣੇ ਆਇਆ ਇਸ ਸਾਰੇ ਘਟਨਾਕ੍ਰਮ ਦਾ, ਕੋਈ ਕਾਰਨ ਕੋਈ ਸਾਹਮਣੇ ਪਤਾ ਲੱਗਾ ਹੋਵੇ, ਕਿਉਂਕਿ ਵੱਡੀ ਦੁਖਦਾਈ ਘਟਨਾ ਹੈ। ਨੌਜਵਾਨ ਸੀ, ਹਮੇਸ਼ਾ ਲੋਕਾਂ ਦੇ ਵਿੱਚ ਪਿਆਰ ਸੀਗਾ ਔਰ ਪਿਆਰ ਹੀ ਖੱਟਿਆ ਉਹਨੇ, ਅਜਿਹੇ ਕੌਣ ਲੋਕ ਹੋ ਸਕਦੇ ਨੇ, ਜਾਂ ਤੁਹਾਡੇ ਮਨ 'ਚ ਕੋਈ ਸ਼ੱਕ ਅਜਿਹਾ ਆਉਂਦਾ ਹੋਵੇ, ਕਿਹੜੇ ਲੋਕ ਅਜਿਹੇ ਹੋ ਸਕਦੇ ਨੇ ਜਿਨ੍ਹਾਂ ਵੱਲੋਂ ਐਡੀ ਬਰਬਰਤਾ ਦੇ ਨਾਲ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਸ ਨੌਜਵਾਨ ਦੇ ਉੱਤੇ, ਔਰ ਇੱਕ ਵੱਡਾ ਕਹਿ ਸਕਦੇ ਹਾਂ ਕਿ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਇਸ ਪਰਿਵਾਰ ਨੂੰ ਪਿਆ ਹੈਗਾ, ਕੀ ਕਹਿਣਾ ਚਾਹੁੰਗੇ? ਮੇਰੀ ਫੈਮਿਲੀ ਦੇ ਮੈਂਬਰ ਬਹੁਤ ਜ਼ਿਆਦਾ ਉੱਥੇ ਆ, ਮੇਰੇ ਭਰਾ, ਮੇਰੀਆਂ ਭੈਣਾਂ ਕਾਫੀ ਆ, ਬੱਚੇ ਬਹੁਤ ਉੱਥੇ ਸਾਡੇ, ਲੇਕਿਨ ਉਹਨਾਂ ਦੇ ਤੋਂ ਜੋ ਸਾਨੂੰ ਅੱਜ ਤੱਕ ਪਤਾ ਲੱਗਾ ਉਹਦੇ 'ਚ ਉਹਨਾਂ ਨੇ ਇਹੋ ਦੱਸਿਆ ਵੀ ਇਹ ਬੱਚਾ ਬਹੁਤ ਵਧੀਆ ਸੀ ਉਹਦੇ ਸਕੂਲ ਕਾਲਜ 'ਚ ਜਿੱਥੇ ਉਹ ਪੜ੍ਹਿਆ, ਕਿਉਂਕਿ 2007 'ਚ ਸੱਤਵੀਂ ਅੱਠਵੀਂ 'ਚ ਕਲਾਸ 'ਚ ਦੋਨੋਂ ਭਰਾ ਗਏ ਆ, 14 ਸਾਲ ਹੋ ਗਿਆ। ਇਹ ਜਿੱਥੇ ਜਿੱਥੇ ਇਹਨਾਂ ਸੇਵਾਵਾਂ ਦਿੱਤੀਆਂ, ਸਰਵਿਸਾਂ ਕੀਤੀਆਂ, ਜਿੱਥੇ ਜਿੱਥੇ ਪੜ੍ਹੇ ਆ, ਜਿੱਥੇ ਜਿੱਥੇ ਰਹੇ ਆ, ਅੱਜ ਉੱਥੋਂ ਦੀਆਂ ਸਰਕਾਰਾਂ ਉਹਨਾਂ ਦੀ ਉਹ ਪ੍ਰਸ਼ੰਸਾ ਕਰ ਰਹੀਆਂ ਮੌਕੇ 'ਤੇ। ਉਹਦੇ 'ਚ ਪੁਲਿਸ ਪ੍ਰਸ਼ਾਸਨ ਵੀ ਆ, ਆਮ ਪਬਲਿਕ ਵੀ ਆ, ਆਮ ਉੱਥੇ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ, ਇਸ ਬੱਚੇ ਦਾ ਸੋਗ ਮਨਾਇਆ ਜਾ ਰਿਹਾ। ਸੋ ਇਸ ਬੱਚੇ ਦਾ ਅਜੇ ਤੱਕ ਕੋਈ ਕਿਸੇ ਨਾਲ ਇਹੋ ਜਿਹਾ ਨਹੀਂ, ਕ੍ਰਾਈਮ ਵਾਲੀ ਗੱਲ ਹੀ ਕੋਈ ਨਹੀਂ ਹੈਗੀ। ਇਹ ਬਹੁਤ ਵਧੀਆ ਬੱਚੇ ਸੀ, ਦਿਲਦਾਰ ਬੰਦਾ ਸੀ, ਖੁਸ਼ ਰਹਿੰਦਾ ਸੀਗਾ, ਬੜੀ ਪਰਸਨੈਲਿਟੀ ਅਤੇ ਖੂਬਸੂਰਤ ਮੁੰਡਾ ਸੀ, ਇਹੋ ਜਿਹਾ ਆਦਮੀ ਨਹੀਂ ਸੀ। ਇਹ ਕੋਈ ਕੰਪਲੇਂਟ ਨਹੀਂ ਸਾਡੇ ਪਰਿਵਾਰ ਵੱਲੋਂ ਵੀ ਅਤੇ ਆਮ ਪਬਲਿਕ ਵੱਲੋਂ ਵੀ ਕੋਈ ਕੰਪਲੇਂਟ ਨਹੀਂ ਇਹਦੀ ਆਈ, ਇਹਦਾ ਕਿਸੇ ਨਾਲ ਕੋਈ ਲਾਗਦਾਤ ਨਹੀਂ ਸੀ, ਮਾਰਨ ਵਾਲੇ ਕੌਣ ਆ ਕੌਣ ਨਹੀਂ ਇਹ ਤਾਂ ਉਹ ਪੁਲਿਸ ਹੀ ਸਾਨੂੰ ਸੱਚਾਈ ਸਾਹਮਣੇ ਲਿਆ ਕੇ ਸਾਡੀ ਹੈਲਪ ਕਰ ਸਕਦੀ ਆ, ਮਦਦ ਦੇ ਸਕਦੀ ਆ। ਇੱਕ ਗੱਲ ਹੋਰ ਸਾਹਮਣੇ ਆਈ ਸੀਗੀ ਜਿਹੜੀ ਕਿ ਇਸੇ ਸਾਲ ਹੀ ਜਿਹੜਾ ਹੈਗਾ ਬਿਕਰਮਦੀਪ ਦੇ ਵਿਆਹ ਦੀ ਗੱਲਬਾਤ ਸੀਗੀ, ਔਰ ਵਿਆਹ ਜਿਹੜਾ ਸੀਗਾ ਉਹ ਕੀਤੇ ਜਾਣ ਦਾ ਕੋਈ ਪ੍ਰੋਗਰਾਮ ਸੀਗਾ ਉਹ ਲਿਖਿਆ। ਸੋ ਕਹਿ ਸਕਦੇ ਹਾਂ ਕਿ ਜਿੱਥੇ ਸ਼ਹਿਨਾਈਆਂ ਸੀ ਉੱਥੇ ਅੱਜ ਮਾਤਮ ਦਾ ਮਾਹੌਲ ਹੈ, ਬਹੁਤ ਅਤੀ ਦੁਖਦਾਈ ਅਸੀਂ ਸਮਝ ਸਕਦੇ ਹਾਂ। ਸੋ ਕੀ ਵਿਆਹ ਸੀਗਾ ਜਾਂ ਫਿਰ ਗੱਲ ਹੋ ਰਹੀ ਹੈ? ਜੀ ਸਰ, ਬੇਟਾ ਮੰਗਿਆ ਸੀਗਾ ਇੱਥੇ ਪੰਜਾਬ 'ਚ, ਬਿਆਸ ਦੇ ਵਿੱਚ ਹੀ ਇਹਦੀ ਮੈਰਿਜ ਹੋਣੀ ਸੀ, ਇੱਥੇ ਹੀ ਸੀ ਲੜਕੀ। ਉਸ ਤੋਂ ਬਾਅਦ ਕੁਝ ਉਹਨਾਂ ਦੇ ਜਾਂ ਕੁਝ ਪ੍ਰੋਬਲਮ ਸੀ, ਕੁਝ ਆ ਕੋਵਿਡ ਕਰਕੇ ਪ੍ਰੋਬਲਮ ਸੀ ਬੱਚੇ ਦੇ ਆਉਣ ਜਾਣ ਕਰਕੇ, ਨੈਕਸਟ ਉਹਦਾ ਇੱਕ ਕੋਰਸ ਚੱਲਣਾ ਸੀ ਕਰੈਕਸ਼ਨ ਅਫਸਰ ਦਾ ਜੁਲਾਈ ਤੋਂ, ਇਸ ਕਰਕੇ ਕੁਝ ਅਸੀਂ ਅਗਲੇ ਸਾਲ ਦਾ ਪ੍ਰੋਗਰਾਮ ਜਨਵਰੀ ਫਰਵਰੀ ਦਾ ਰੱਖਿਆ ਸੀ, ਮੈਰਿਜ ਤਾਂ ਹੈ ਸੀ ਉਸਦੀ, ਅਤੇ ਖੁਸ਼ੀਆਂ ਦਾ ਟਾਈਮ ਸੀ। ਅੱਜ ਜਿਹੜਾ ਗਮੀਆਂ 'ਚ ਬਦਲ ਗਿਆ, ਸਾਨੂੰ ਬਹੁਤ ਘਾਟਾ ਪਿਆ ਇਸ ਚੀਜ਼ ਦਾ, ਬਹੁਤ ਦੁੱਖ ਹੋਇਆ। ਅਸੀਂ ਦੋਵੇਂ ਜੀ ਬਹੁਤ ਸ਼ੌਕ 'ਚ ਹਾਂ, ਇੱਥੇ ਹਾਂ, ਪਰਿਵਾਰ ਸਾਰਾ ਸਾਡਾ ਮੇਰੇ ਲਾਜ਼ ਵੱਲੋਂ, ਮੇਰੇ ਪੇਰੈਂਟਸ ਵੱਲੋਂ ਸਾਰੇ ਮੇਰੇ ਕੋਲ ਬੈਠੇ ਆ, ਮੇਰੇ ਨਾਲ ਹਮਦਰਦੀ ਜਗਾ ਰਹੇ ਆ, ਹਰ ਬੰਦਾ ਮੇਰੇ ਕੋਲ ਇੱਥੇ ਪਹੁੰਚ ਕੇ ਮੇਰੀ ਮਦਦ ਕਰ ਰਿਹਾ, ਮੈਨੂੰ ਦਿਲਾਸਾ ਦੇ ਰਹੇ ਆ।
ਕਹਿ ਸਕਦੇ ਜਿਹੜੇ ਸੁਖ ਧਾਲੀਵਾਲ ਜੀ ਨਾਲ ਤੁਹਾਡੀ MVP ਕੈਨੇਡਾ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹਨਾਂ ਵੱਲੋਂ ਕੀ ਆਸ਼ਵਾਸਨ ਜਿਹੜਾ ਹੁਣ ਤੱਕ ਦਿੱਤਾ ਗਿਆ? ਮੇਰੇ ਬੇਟੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ, ਹੋਰ ਵੀ ਮੇਰੇ ਬ੍ਰਦਰਾਂ ਦੀ ਗੱਲਬਾਤ ਹੋਈ ਉੱਥੇ, ਇੱਥੋਂ ਵੀ ਗੱਲਬਾਤ ਮੇਰੇ ਕਰ ਰਹੇ ਆ, ਮੇਰੇ ਜੀਜਾ ਜੀ ਆ ਉਹ ਵੀ ਗੱਲ ਕਰ ਰਹੇ, ਚੀਮਾ ਜੀ ਸਾਰੇ ਕਰ ਰਹੇ ਆ, ਢਿੱਲੋਂ ਸਾਹਿਬ ਕਰ ਰਹੇ ਆ, ਮੇਰੇ ਮਾਮਾ ਜੀ ਦੇ ਬੇਟੇ ਆ, ਭੂਆ ਜੀ ਦੇ ਸਾਰੇ ਕਰ ਰਹੇ। ਉਹਦੇ ਵਿੱਚ ਇਹ ਮਤਲਬ ਸਾਨੂੰ ਉਹਨਾਂ ਪੂਰਾ ਵਾਸ਼ਨ ਦਵਾਇਆ ਵਾ ਕਿ ਅਸੀਂ ਤੁਹਾਡੇ 100% ਤੁਹਾਡੀ ਮਦਦ ਕਰਕੇ ਤੁਹਾਨੂੰ ਇੱਥੇ ਜਿਹੜੀ ਆ ਪਰਮਿਸ਼ਨ ਦਵਾਵਾਂਗੇ, ਤੁਸੀਂ ਆਓਗੇ ਕੈਨੇਡਾ 'ਚ ਆਪਣੇ ਬੱਚੇ ਦੇ ਸੰਸਕਾਰ 'ਤੇ। ਸਾਨੂੰ ਆਸ ਆ ਵੀ ਸਾਡੀ ਸੁਖ ਧਾਰੀਵਾਲ ਜੀ ਪੂਰੀ ਮਦਦ ਕਰਨਗੇ ਅਤੇ ਸਾਨੂੰ ਉੱਥੇ ਆਪਣੇ ਬੱਚੇ ਦੇ ਸੰਸਕਾਰ ਦੇ ਵਿੱਚ ਉਸ ਸ਼ਾਮਿਲ ਹੋਣ ਦਾ ਮੌਕਾ ਦੇਣਗੇ। ਸੋ ਇਹ ਸਨ ਬਿਕਰਮਦੀਪ ਸਿੰਘ, ਸ਼ਹੀਦ ਬਿਕਰਮਦੀਪ ਸਿੰਘ ਦੇ ਪਿਤਾ। ਸੋ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਅਪੀਲ ਜਿਹੜੀ ਹੈਗੀ ਆ ਪਰਿਵਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈਗੀ ਹੈ ਕਿ ਕੋਵਿਡ ਦਾ ਸਮਾਂ, ਬੇਸ਼ੱਕ ਫਲਾਈਟਾਂ ਜਿਹੜੀਆਂ ਨੇ ਬੰਦ ਨੇ, ਇਹਨਾਂ ਦੀ ਆਪਣੇ ਤੌਰ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਸੰਬੰਧ ਹੋਣ ਦੇ ਕਾਰਨ ਕੈਨੇਡਾ ਸਰਕਾਰ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇੱਥੋਂ ਦੀ ਸਰਕਾਰ ਨੂੰ ਵੀ ਇਹਨਾਂ ਵੱਲੋਂ ਅਪੀਲ ਜਿਹੜੀ ਹੈਗੀ ਉਹ ਕੀਤੀ ਗਈ ਹੈ ਕਿ ਜੋ ਵੀ ਪਰਮਿਸ਼ਨ ਜਿਹੜੀ ਹੈਗੀ ਆ ਉਹਦੇ ਜੋ ਕੁਰਮ ਹੈਗੇ ਉਹ ਪੂਰੇ ਕਰਨ ਉਪਰੰਤ ਇਹਨਾਂ ਨੂੰ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਇਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਉੱਥੇ ਨਿਭਾ ਸਕਣ। ਡੇਲੀ ਪੋਸਟ ਪੰਜਾਬੀ ਦੇ ਲਈ ਗੁਰਦਰਸ਼ਨ ਸਿੰਘ, ਪ੍ਰਿੰਸ ਬਿਆਸ।